ਇਹ ਵਾਰਦਾਤ ਜੀ ਹੋਈ ਜੀ, ਭਗਤ ਰਵਿਦਾਸ ਦੇ ਮੰਦਿਰ ਸੀ, ਉੱਥੇ ਸਰਕਾਰੀ ਮੁਲਾਜ਼ਮ ਆਏ ਸੀ। ਕਿਹੜੀ ਜਗ੍ਹਾ? ਆਪਣੇ ਬੱਬੇ ਹਾਲੀ 'ਚ ਸਰਕਾਰੀ ਮੁਲਾਜ਼ਮ ਆਏ ਸੀ। ਉਹਨਾਂ ਨੇ ਸੈਸ਼ਨ ਸੱਦਿਆ ਸੀ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਅਜਲਾਸ ਕਰਾ ਦਿਓ। ਪੰਚਾਇਤਾਂ ਤੋਂ ਕਰਾਉਣ ਦੀ ਗੱਲ ਚੱਲੀ ਸੀ ਅਤੇ ਅਸੀਂ ਚੱਲ ਗਏ ਸਰਕਾਰੀ ਮੁਲਾਜ਼ਮਾਂ ਦੇ ਕਹਿੰਦੇ, ਉੱਥੇ ਪੁਲਿਸ ਵੀ ਆਮ ਸੀ। ਇਹ ਗਏ ਅਮਰਜੋਤ ਹੋਣੀ ਨਾਲ ਬਾਹਰੋਂ ਬੰਦੇ ਲੈ ਕੇ। ਕੌਣ? ਇਹ ਅਮਰਜੋਤ ਅਤੇ ਆਪਣੇ MLA ਗੁਰਭਜਨ ਸਿੰਘ। ਇਹਨਾਂ ਨੇ ਜਾਂਦਿਆਂ ਹੀ ਉੱਥੇ ਵੱਟੇ ਵੁੱਟੇ ਚਲਾਉਣ ਡਿਆ ਪਏ, ਜਾਂਦਿਆਂ ਹੀ ਉਹਨਾਂ ਨੇ ਡਾਟ ਕਿਰਪਾਨਾਂ ਬੰਦਿਆਂ ਨੇ ਕੱਢ ਕੇ ਪੈ ਗਏ ਸਾਡੇ 'ਤੇ। ਉਹ ਗੱਲ ਖਲੋਂਦਿਆਂ ਖਲੋਂਦਿਆਂ ਹੀ ਬਸ ਇਹਨਾਂ ਨੇ ਐਸਾ ਹਮਲਾ ਕੀਤਾ, ਕੋਈ ਗੱਲ ਕਰਨ ਵਾਲੀ ਨਹੀਂ, ਸੱਟਾਂ ਲੱਗੀਆਂ। ਉਹਨਾਂ ਨੇ ਹਮਲਾ ਕੀਤਾ ਸਾਡੇ 'ਤੇ, ਆਣ ਕੇ ਸੈਸ਼ਨ ਅਸੀਂ ਸੱਦਿਆ, ਉਹਨਾਂ ਨੂੰ ਸੈਕਟਰੀਆਂ ਨੂੰ ਅਸੀਂ ਸੱਦਿਆ, ਅਸੀਂ ਦੋ ਪੰਚਾਇਤਾਂ ਬਣਾਉਣ ਡਿਆ ਤਿੰਨ, ਅਤੇ ਤੁਸੀਂ ਬਈ ਆਓ ਸਾਡੇ ਕੋਲ ਦਸਖਤ ਸਾਹਮਣੇ ਸੰਗਤ ਦੇ ਕਰਾਓ ਲੋਕਾਂ ਨੇ, ਜੇ ਤੁਸੀਂ ਆਉਂਦੇ ਹੋ ਵੀ ਦਸਖਤ ਇਹਨੇ ਗਲਤ ਕੀਤੇ ਆ, ਇਹਨਾਂ ਨੇ ਆਪ ਕਰਾਇਆ ਉਹ ਕਰਾਇਆ। ਇਹਨਾਂ ਨੇ ਅਸੀਂ ਪਹਿਲਿਓ ਕੋਈ ਪਲੇਨ ਇਹੋ ਜਿਹੀ ਬਣਾਈ ਸੀ ਵੀ ਉੱਥੇ ਜਾਣਗੇ ਅਤੇ ਅਸੀਂ ਬੰਦੇ ਲੈ ਕੇ ਪੈ ਜਾਂਗੇ। ਬੰਦੇ ਲੈ ਕੇ ਪਏ ਆ ਸਾਡੇ, ਵੈਸੇ ਕਾਫੀ ਸੱਟਾਂ ਲੱਗੀਆਂ ਨੇ ਲੋਕਾਂ ਦੇ। ਸੱਟਾਂ ਲੱਗੀਆਂ ਉਹ ਫਿਰ ਕਿਵੇਂ ਲੱਗੀਆਂ? ਉਹ ਹੁਣ ਦੇਖੋ ਜੀ, ਉਹ ਹੀ ਪਏ ਆਣ ਕੇ, ਹੁਣ ਸਾਨੂੰ ਇਸ ਗੱਲ ਦਾ ਕੀ ਪਤਾ ਵੀ ਉਹਨਾਂ ਦੇ ਕਿੰਨਾ ਨੇ ਸੱਟਾਂ ਲਾਈਆਂ ਨੇ।